ਜਲਾਲਾਬਾਦ ਦੇ ਵੱਖ-ਵੱਖ ਇਲਾਕਿਆਂ ਵਿੱਚ ਦਿਖਾਈ ਦਿੱਤਾ ਇੱਕ ਬੰਦਰ ਜਿਸ ਨੂੰ ਦੇਖ ਲੋਕ ਖੋਫ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਲਾਲਾਬਾਦ ਦੇ ਪਾਰਕ ਅਤੇ ਦਸ਼ਮੇਸ਼ ਨਗਰੀ ਵਿੱਚ ਇਸ ਬੰਦਰ ਨੂੰ ਕਈ ਵਾਰ ਦੇਖਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਇਲਾਕੇ ਵਿੱਚ ਅੱਜ ਦਿਨੀ ਇੱਕ ਬੰਦਰ ਦਿਖਾਈ ਦੇ ਰਿਹਾ ਜੋ ਕਿ ਘਾਇਲ ਹੈ ਅਤੇ ਡਰਿਆ ਹੋਇਆ ਦਿਖਾਈ ਦੇ ਰਿਹਾ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਪਹਿਲਾਂ ਜਲਾਲਾਬਾਦ ਦੇ ਸ਼ਹੀਦ ਉਦਮ ਸਿੰਘ ਪਾਰਕ ਅਤੇ ਬਾਅਦ ਦੇ ਵਿੱਚ ਦਸ਼ਮੇਸ਼ ਨਗਰੀ ਵਿਖੇ ਦੇਖਿਆ ਗਿਆ ਲੋਕਾਂ ਦਾ ਕਹਿਣਾ ਹੈ ਕਿ ਇਹ ਕਿਸੇ ਵਕਤ ਵੀ ਕਿਸੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ لہذا ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਦੱਸ ਦਈਏ ਕਿ ਜਲਾਲਾਬਾਦ ایریا ਦੇ ਵਿੱਚ ਹੁਣ ਤੱਕ ਕਦੇ ਵੀ ਇਸ ਤਰ੍ਹਾਂ ਦੇ ਜੰਗਲੀ ਜੀਵ ਦਿਖਾਈ ਨਹੀਂ ਦਿੱਤੇ ਅਤੇ ਹੁਣ ਜੋ ਜੀਵ ਦਿਖਾਈ ਦੇ ਰਹੇ ਇਸ ਤੋਂ ਲੋਕ ਡਰੇ ਸਹਿਮੇ ਦਿਖਾਈ ਦੇ ਰਹੇ ਹਨ